ਅਸਲਾਮੁਅਲੈਕਮ ਬਾਈ ਜੀ, ਕੀ ਹਾਲ ਆ? ਠੀਕ ਹੋ? ਤਬੀਅਤ ਸਿਹਤ ਠੀਕ ਆ ਬਾਈ ਜੀ? ਮੀਆਂ ਚਨੂ ਗੱਲਾਂ ਮੰਡੀ 'ਚ ਅਸੀਂ ਪਹੁੰਚ ਚੁੱਕੇ ਹਾਂ ਅਤੇ ਇਹ ਦੇਖੋ ਜੀ, ਬੋਲੀ ਲੱਗੀ ਹੋਈ ਆ ਬਾਈ ਕਣਕ ਦੀ, ਅਤੇ ਕਣਕ ਵੀ ਮਾਸ਼ਾਅੱਲਾ ਵਾਹਵਾ ਆਈ ਹੋਈ ਆ। ਅਤੇ ਬਾਈ ਦੇਖਦੇ ਹਾਂ ਕਿ ਅੱਜ ਕੀ ਰੇਟ ਨਿਕਲਦਾ ਵਾ ਕਣਕ ਦਾ। ਇਹ ਢੇਰ ਸਾਹਮਣੇ ਕਣਕ ਦੇ ਲੱਗੇ ਹੋਏ ਆ ਅਤੇ ਬੋਲੀ ਸ਼ੁਰੂ ਆ, ਅਤੇ ਆ ਜਾਓ ਬਾਈ ਮੇਰੇ ਨਾਲ, ਜਾਣਦੇ ਹਾਂ ਕਿ ਕੀ ਰੇਟ ਨਿਕਲਦਾ। ਬਾਈ ਜੀ, ਇਹ ਲਾਈਵ ਬੋਲੀ ਸ਼ੁਰੂ ਆ ਅਤੇ ਤੁਸੀਂ ਦੇਖਦੇ ਪਏ ਆ ਗੱਲ ਹੋ ਰਹੀ ਆ। ਆ ਬਾਈ ਹੌਲੀ ਕਿਤੇ ਨੇ ਕੰਨ ਨਾਲ ਲਾ ਕੇ ਮੂੰਹ 'ਤੇ ਦੱਸਦਾ ਪਿਆ ਵਾ ਕਿ ਕਿੰਨਾ ਰੇਟ ਬੋਲੀਏ, ਅਤੇ ਆਪਾਂ ਹੁਣੇ ਸੁਣ ਲੈਂਦੇ ਹਾਂ ਬਾਈ ਕਿੰਨਾ ਰੇਟ ਬੋਲਦੇ ਆ। ਮੇਰਾ ਖਿਆਲ ਆ ਬਾਈ ਅੰਦਰੋਂ ਪੁੱਛਣ ਚਲਾ ਗਿਆ, ਕਿਉਂਕਿ ਮਾਲਕ ਬੈਠਾ ਹੁੰਦਾ ਨਾ ਜਿੰਦੀ ਕਣਕ ਹੋਵੇ। ਅਤੇ ਬਾਈ ਜੀ ਵੇਖ ਲੈਂਦੇ ਹਾਂ ਹੁਣੇ ਹੀ ਆਪਾਂ ਕੀ ਰੇਟ ਬੋਲਦੇ ਆ। ਬਾਈ ਜੀ ਮੀਆਂ ਚਨੂ ਗੱਲਾਂ ਮੰਡੀ ਦੇ ਵਿੱਚ ਆ, ਕਣਕ ਤਾਂ ਸਾਫ਼ ਆਵੇ ਬਾਈ, ਹੁਣੀ ਕਣਕ ਚੈੱਕ ਕਰਦੇ ਪਏ ਆ ਕਿ ਚੰਗੀ ਆ ਕਿ ਮਾੜੀ ਆ। ਹੁਣੇ ਬਾਈ ਰੇਟ ਜਿਵੇਂ ਹੀ ਬੋਲਦੇ ਆ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਉਹ ਬੰਦਾ ਅੰਦਰੋਂ ਆਊਗਾ ਅਤੇ ਰੇਟ ਬੋਲੂਗਾ ਬਾਈ ਜੀ। ਲੈ ਬਾਈ ਹੁਣ ਪਤਾ ਲੱਗੇਗਾ ਕਿੰਨਾ ਰੇਟ ਬੋਲਦਾ, ਹਲੇ ਵੀ ਸਲਾਹ ਕਰ ਰਿਹਾ ਸਾਰਿਆਂ ਨਾਲ, ਆਖਰ 'ਤੇ ਬਾਈ ਪਤਾ ਲੱਗਣਾ ਵਾ ਕਿ ਰੇਟ ਕਿੰਨਾ ਬੋਲਣਾ ਅੱਜ ਦਾ। ਮੇਰਾ ਖਿਆਲ ਆ ਆਖਰੀ ਹੱਥ ਆ ਬਾਈ, ਇਸ ਤੋਂ ਬਾਅਦ ਫੈਸਲਾ ਹੋ ਜਾਣਾ ਰੇਟ ਦਾ ਕਿੰਨਾ ਬੋਲਦੇ ਆ। ਲਓ ਬਾਈ ਜੀ ਆਵਾਜ਼ ਲਾਤੀ, ਲਓ ਬਾਈ ਜੀ 2670 ਰੁਪਈਏ ਅੱਜ ਦਾ ਰੇਟ ਆ ਜੀ ਇਸ ਕਣਕ ਦਾ, ਸਾਫ਼ ਸੁਥਰੀ ਦਾ ਮੀਆਂ ਚਨੂ ਗੱਲਾਂ ਮੰਡੀ ਦੇ ਵਿੱਚ। ਬਾਈ ਮਿਲਦੇ ਹਾਂ ਨਵੀਂ ਵੀਡੀਓ ਨਾਲ, ਅੱਲਾ ਹਾਫਿਜ਼।